ਤੇ ਇਸੇ ਤਰ੍ਹਾਂ ਰੁਕ ਕਰ ਲੈਨੇ ਆ ਗਰਾਊਂਡ ਦਾ ਕਿਉਂਕਿ ਧੂਰੀ ਤੋਂ ਸਾਡੇ ਸਹਿਯੋਗੀ ਬਜ਼ਮ ਲਗਾਤਾਰ ਬਣੇ ਹੋਏ ਨੇ ਤੇ ਹਰ ਅਪਡੇਟ ਤੇ ਨਜ਼ਰ ਉਹਨਾਂ ਨੇ ਬਣਾਈ ਹੋਈ ਹੈ ਇੱਕ ਵਾਰ ਫਿਰ ਉਹਨਾਂ ਦਾ ਰੁਕ ਕਰ ਲੈਨੇ ਆ ਤੇ ਸਮਝ ਲੈਨੇ ਆ ਤਾਜ਼ਾ ਹਾਲਾਤ ਕੀ ਨੇ ਤਾਜ਼ਾ ਤਸਵੀਰ ਕੀ ਬਣੀ ਹੋਈ ਹੈ ਜੀ ਬਸ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਇਸ ਵਕਤ ਕੁਝ ਹੀ ਸਮਾਂ ਰਹਿ ਗਿਆ ਇਹ ਕਿਹਾ ਜਾ ਰਿਹਾ ਕਿ ਸਾਡੇ ਰਸਤੇ 11 ਵਜੇ ਦੇ ਵਿੱਚ ਵਿੱਚ ਜਿਹੜਾ ਹੈ ਉਹ ਭਗਵੰਤਪਨ ਪਹੁੰਚ ਜਾਣਗੇ ਹਾਲਾਂਕਿ 11 ਵਜੇ ਉਹਨਾਂ ਕਿਹਾ ਜਾ ਰਿਹਾ ਅਗਲੇ 15 ਤੋਂ 20 ਮਿੰਟ ਦੇ ਅੰਦਰ ਅੰਦਰ ਭਗਵੰਤਪਨ ਇੱਥੇ ਪਹੁੰਚਣਗੇ ਪਰ ਨਾਲ ਦੇ ਨਾਲ ਤਸਵੀਰਾਂ ਵੀ ਜ਼ ਹਲਚਲ ਜਿਹੜੀ ਉਹ ਵੱਧ ਗਈ ਹੈ ਇੱਥੇ ਕਈ ਸਾਰੇ ਜਿਹੜੇ ਸਪੋਰਟਰ ਨੇ ਉਹ ਬਾਹਰ ਹੀ ਆ ਕੇ ਇੰਤਜ਼ਾਰ ਕਰ ਰਹੇ ਨੇ ਪੁਲਿਸ ਫੋਰਸ ਵੀ ਹੋਰ ਐਕਸਟਰਾ ਜਿਹੜੀ ਉਹ ਲਾ ਦਿੱਤੀ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਐਸਜੀਐਮ ਦਫ਼ਤਰ ਦੀਆਂ ਸਿਰਫ ਦੋ ਲੋਕ ਜਿਹੜਾ ਹੈ ਅੰਦਰ ਜਾ ਸਕਦੇ ਨੇ ਉਸ ਤੋਂ ਇਲਾਵਾ ਕੋਈ ਨਹੀਂ ਜਾ ਸਕਦਾ ਪਰ ਨਾਲ ਦੇ ਨਾਲ ਕਿਉਂਕਿ ਨੋਮੀਨੇਸ਼ਨ ਦਾ ਸਮਾਂ ਜਿਹੜਾ ਹੈ ਉਹ 11 ਵਜੇ ਕਿਹਾ ਜਾਂਦਾ ਹੈ 11 ਵਜੇ ਤੋਂ 3 ਵਜੇ ਤੱਕ ਤਾਂ ਇਸ ਕਾਰਨ ਜਿਹੜਾ ਹੈ ਕਿ ਆਜਾਰੇ ਕਿ ਭਗਵੰਤ ਮਾਨ ਹੁਣੀ ਜਿਹੜਾ ਹੈ ਉਹ 11 ਤੋਂ 11:30 ਦੇ ਵਿੱਚ ਹੁਣ ਆਣਗੇ ਪਰ ਨਾਲ ਦੇ ਨਾਲ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਗੱਲ ਕਰ ਰਹੀ ਸੀ ਆ ਲੋਕ ਸਭਾ ਦੀ ਗੱਲ ਕਰੀਏ ਦਾ ਮਾਰਜਨ ਜਿਹੜਾ ਹੈ ਉਹ ਮਿਲਿਆ ਸੀਗਾ ਲੀਡ ਮਿਲੀ ਸੀ ਜੇ 2019 ਦੀ ਗੱਲ ਕਰੀਏ ਤਾਂ 24000 ਦੀ ਲੀਡ ਜਿਹੜੀ ਹੈ ਉਹ ਇਸ ਹਲਕੇ ਤੋਂ ਮਿਲੀ ਸੀ ਜੇ ਪੂਰੇ ਸੰਗਰੂਰ ਲੋਕ ਸਭਾ ਕੌਂਸਲਸੀ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਮਾਰਜਨ ਜਿਹੜਾ ਹੈ ਉਹ ਇਸ ਧੂਰੀ ਹਲਕੇ ਨੂੰ ਮਿਲਿਆ ਸੀ ਇਸ ਕਰਕੇ ਹੁਣ ਜਿਹੜੀ ਵੀ ਭਗਵੰਤ ਮਾਨ ਨੇ ਗੱਲ ਕੀਤੀ ਉਹ ਕਿਹਾ ਕਿ ਰਿਕਾਰਡ ਪਹਿਲਾਂ ਵੀ ਤੁਸੀਂ ਬਣਾਏ ਨੇ ਇਸ ਕਰਕੇ ਹੁਣ ਜਦ ਵਿਧਾਨ ਸਭਾ ਚੋਣਾਂ ਨੇ ਇੱਥੋਂ ਧੂੜੀ ਤੋਂ ਹੀ ਖੜ ਰਹੇ ਨੇ ਹੁਣ ਕਿੱਡੇ ਵੱਡੀ ਲੀਡ ਜਿਹੜੀ ਉਹਨਾਂ ਨੂੰ ਮਿਲਦੀ ਹੈ ਇਹ ਜ਼ਰੂਰ ਦੇਖਣਾ ਹੋਵੇਗਾ ਪਰ ਨਾਲ ਦੇ ਨਾਲ ਹੋਰ ਬਾਕੀ ਕੈਂਡੀਡੇਟਸ ਕਿੰਨੇ ਸਟਰੋਂਗ ਹੁੰਦੇ ਨੇ ਕਿੰਨੇ ਸਟਰੋਂਗ ਸਾਬਿਤ ਹੁੰਦੇ ਨੇ ਕਿ ਵਾਕੇ ਰਿਕਾਰਡ ਟੁੱਟਦੇ ਆ ਜਾਂ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਪਰ ਨਾਲ ਦੇ ਨਾਲ ਇਸ ਤਰੀਕੇ ਨਾਲ ਆ ਮੋਸਟ ਪਪੂਲਰ ਕਈ ਹੈ ਕਿਉਂਕਿ ਸੀਐਮ ਕੈਂਡੀਡੇਟ ਵੀ ਨੇ ਤੇ ਇਹ ਕਹਿੰਦਾ ਜੇ ਕਿਹਾ ਜਾਂਦਾ ਹੈ ਕਿ ਹਮੇਸ਼ਾ ਜਿੱਥੇ ਵੀ ਜਿਹੜਾ ਹੈ ਉਹ ਦੋ ਵਾਰ ਲੜੇ ਨੇ ਉੱਥੋਂ ਹਮੇਸ਼ਾ ਜਿੱਤ ਹੀ ਹਾਸਲ ਕੀਤੀ ਜਾਂ ਫਿਰ ਇਹ ਕਹਈਏ ਕਈ ਕਹਈਏ ਕਿ ਸਿਰਫ ਲੋਕ ਸਭਾ ਚ ਹਲੇ ਤੱਕ ਜਿੱਤ ਹਾਸਲ ਕੀਤੀ ਜੇ ਜਲਾਲਾਬਾਦ ਦੀ ਗੱਲ ਕਰੀਏ ਉਸ ਸਮੇ ਜਿਹੜਾ ਹੈ ਉਹ ਹਾਰ ਗਈ ਸੀ 17 ਚ ਉਸ ਤੋਂ ਪਹਿਲਾਂ ਇੱਕ ਵਾਰ ਜਦ ਪੀਪੀਪੀ ਚ ਸੀਗੇ ਉਸ ਸਮੇ ਜਿਹੜਾ ਹੈ ਉਹਨਾਂ ਨੇ ਜਿਹੜੇ ਹਾਰ ਹਾਸਲ ਕੀਤੀ ਸੀਗੀ ਪਰ ਇਸ ਵਾਰ ਜਦ ਤੇ ਸੀਐਮ ਫੇਸ ਬਣੇ ਨੇ ਜਾਂ ਫਿਰ ਜਦ ਦੇ ਆਮ ਆਦੀ ਪਾਰਟੀ ਦੇ ਪ੍ਰਧਾਨ ਬਣੇ ਨੇ ਇਹ ਜ਼ਰੂਰ ਦੇਖਿਆ ਗਿਆ ਕਿ ਮਾਲਵੇ ਏਰੀਆ ਚ ਇੱਕ ਆਮ ਆਦੀ ਪਾਰਟੀ ਦਾ ਗੜ ਜਿਹੜਾ ਹੈ ਉਹ ਬਣ ਗਿਆ ਤੇ ਇੱਕ ਵੱਡੇ ਮਾਰਜਨ ਨਾਲ ਜਿਹੜਾ ਹੈ ਉਹ ਜਿੱਤ ਹਾਸਲ ਵੀ ਕੀਤੀ ਗਈ ਹੈ 2014 ਦੀ ਗੱਲ ਕਰੀਏ 2019 ਦੀ ਗੱਲ ਕਰੀਏ ਪਰ ਨਾਲ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਕੁਛ ਹੀ ਮਿੰਟਾਂ ਦੇ ਜਿਹੜਾ ਹੈ ਉਹ ਭਗਵਾਨ ਤਮਨ ਇੱਥੇ ਪਹੁੰਚਣ ਵਾਲੇ ਨੇ ਉਹ ਦੇਖਣਾ ਹੋਵੇਗਾ ਕਿ ਕਿੰਨੇ ਸਮੇਂ ਚ ਇੱਥੇ ਪਹੁੰਚਦੇ ਨੇ ਕਿੰਨਾ ਕਿੰਨੇ ਕਿ ਲੋਕ ਨਾਲ ਹੁੰਦੇ ਨੇ ਕਿਹੜੇ ਕਿਹੜੇ ਲੀਡਰ ਨਾਲ ਹੁੰਦੇ ਨੇ ਕੀ ਕੋਈ ਗੱਲਬਾਤ ਕਰਦੇ ਨੇ মিডিਆ ਨਾਲ ਆ ਕੇ ਇੱਥੇ ਆ ਨਹੀਂ ਪਰ ਕੁਛ ਹੀ ਸਮਝ ਰਿਹਾ ਹੈ ਉਹ ਰਹਿ ਗਿਆ ਜੀ ਬਿਲਕੁਲ ਜ਼ਾਇਰ ਤੌਰ ਤੇ ਤੇ ਗੱਲ ਕੀਤੀ ਜਾਵੇ ਕਾਂਗਰਸੀ ਉਮੀਦਵਾਰ ਦਲਬੀਰ ਗੋਲਟੀ ਦੀ ਉਹਨਾਂ ਦੇ ਨਾਲ ਹੀ ਮੁਕਾਬਲਾ ਕਿੰਨਾ ਕੁ ਸਖਤ ਮੰਨਿਆ ਜਾ ਰਿਹਾ ਬਜ਼ਮ ਕਿਉਂਕਿ ਪਪੂਲਾਰਿਟੀ ਬੇਸਿਸ ਤੇ ਜ਼ਰੂਰ ਭਗਵੰਤ ਮਾਨ ਇੱਕ ਸੇਲੇਬ੍ਰਿਟੀ ਫੇਸ ਵੀ ਪਹਿਲਾਂ ਰਹੇ ਨੇ ਲੋਕ ਉਹਨਾਂ ਨੂੰ ਉਸ ਹਿਸਾਬ ਨਾਲ ਵੀ ਪਸੰਦ ਕਰਦੇ ਨੇ ਪਰ ਦਲਬੀਰ ਗੋਲਟੀ ਦਾ ਨਾਮ ਵੀ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਕਰਦਾ ਇਸ ਕਰਕੇ ਕਿੰਨਾ ਕੋ ਟੱਕਰ ਦਾ ਮੁਕਾਬਲਾ ਗਰਾਊਂਡ ਤੇ ਫਿਲਹਾਲ ਬਣ ਰਿਹਾ ਦੇਖੋ ਦਲਬੀਰ ਬੋਲਟੀ ਦੀ ਗੱਲ ਕਰੀਏ ਤਾਂ ਇਕਿ ਯੂਥ ਦਾ ਚਿਹਰਾ ਨਹੀਂ ਕਿਉਂਕਿ ਯੂਥ ਫੇਸ ਨੇ ਪੰਜਾਬ ਯੂਨੀਵਰਸਿਟੀ ਤੋਂ ਕਿਸ ਤਰੀਕੇ ਨਾਲ ਚੋਣਾ ਲੜ ਕੇ ਉਸ ਤੋਂ ਬਾਅਦ ਉੱਪਰ ਪਹੁੰਚੇ ਨੇ ਤਾਂ ਗਰਾਊਂਡ ਰਿਐਲਿਟੀ ਉਹ ਵੀ ਅੱਛੇ ਤਰੀਕੇ ਨਾਲ ਜਾਣਦੇ ਨੇ ਕਿ ਕਿ ਆਖਿਰਕਾਰ ਕੀ ਹੋ ਸਕਦੀ ਹੈ ਕਿਉਂਕਿ ਜਦ ਜਦ ਯੰਗਸਟਰ ਸੀਗੇ ਉਸ ਸਮੇਂ ਤੋਂ ਜਿਹੜੀਆਂ ਚੋਣਾ ਲੜ ਰਹੀ ਨੇ ਯੂਨੀਵਰਸਿਟੀ ਲੈਵਲ ਤੋਂ ਚੋਣਾ ਲੜ ਕੇ ਕਾਲਜ ਲੈਵਲ ਤੋਂ ਚੋਣਾ ਲੜ ਕੇ ਜਿਹੜਾ ਉੱਤੇ ਤੱਕ ਪਹੁੰਚੇ ਫਿਰ ਵਿਧਾਇਕ ਬਣੇ ਜੇ ਗੱਲ ਕਰੀਏ ਭਗਵੰਤ ਮਾਨ ਦੀ ਭਗਵੰਤ ਮਾਨ ਪਹਿਲਾਂ ਇੱਕ ਸੈਲੀਬ੍ਰਿਟੀ ਰਹਿ ਚੁੱਕੇ ਨੇ ਉਸ ਤੋਂ ਬਾਅਦ ਪੀਪੀਪੀ ਪਾਰਟੀ ਚ ਚਲੇ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਆਏ ਤੇ ਆਮ ਆਦਮੀ ਪਾਰਟੀ ਚ ਆਪਣੀ ਲਾਇਲਟੀ ਦਿਖਾਈ ਉਸ ਤੋਂ ਬਾਅਦ ਪ੍ਰਧਾਨ ਬਣਾ ਦਿੱਤੇ ਗਏ ਹੋਰ ਉਸ ਤੋਂ ਬਾਅਦ ਜਿਹੜਾ ਹੈ ਕਿ ਰਾਈਜ਼ ਹੀ ਕੀਤਾ ਆਮ ਆਦਮੀ ਪਾਰਟੀ ਨੇ ਤੇ ਆਪਣੇ ਆਪ ਚ ਵੱਡਾ ਚਿਹਰਾ ਜਿਹੜਾ ਹੈ ਕਿਉਂਕਿ ਸੀਐਮ ਫੇਸ ਨੇ ਭਗਵੰਤ ਮਾਨ ਆਪਣੇ ਆਪ ਚ ਇਹ ਦੇਖਿਆ ਜਾ ਰਿਹਾ ਹੈ ਕਿ ਵੱਡਾ ਚਿਹਰਾ ਜਿਹੜਾ ਹੈ ਉਹ ਭਗਵੰਤ ਮਾਨ ਹੈਗੇ ਆ ਪਰ ਕਿਤਨਾ ਕਿਤੇ ਜਿਹੜੇ ਕਾਂਗਰਸ ਦੇ ਦਲਬੀਰ ਗੋਲਡੀ ਨੇ ਉਹ ਵੀ ਜਿਹੜਾ ਹੈ ਉਹ ਗਰਾਊਂਡ ਤੋਂ ਸ਼ੁਰੂਆਤ ਕਰਕੇ ਇੱਥੇ ਪਹੁੰਚਣੇ ਇਸ ਕਰਕੇ ਇਹ ਕਹਿਣਾ ਜਿਹੜਾ ਹੈ ਉਹ ਮੁਸ਼ਕਿਲ ਹੋ ਜਾਏਗਾ ਕਿ ਕਾਫੀ ਆਸਾਨੀ ਹੋ ਸਕਦੀ ਹੈ ਹੋ ਸਕਦੇ ਵੱਡੀ ਟੱਕਰ ਜਿਹੜੀ ਹੈ ਉਹ ਇਸ ਵਾਰ ਜ਼ਰੂਰ ਮਿਲੇ ਭਗਵੰਤ ਮਾਨ ਨੂੰ ਪਰ ਕਿੱਡੀ ਕ ਵੱਡੀ ਟੱਕਰ ਮਿਲਦੀ ਹੈ ਉਹ ਜਿਹੜਾ ਹੈ ਉਹ ਵਕਤੀ ਦੱਸੂਗਾ ਉਹ ਜਿਹੜਾ 10 ਮਾਰਚ ਦੱਸੂਗਾ ਆਖੇ ਕਿ ਆਖਿਰਕਾਰ ਜੀ ਬਸ ਕਿੰਨੀ ਕ ਵੱਡਾ ਚਿਹਰਾ ਜਿਹੜਾ ਹੈ ਉਹ ਦਲਵੀਰ ਗੋਲਦੀ ਵੀ ਬਣ ਕੇ ਨਿਕਲਦੇ ਨੇ ਕਿੱਡਾ ਵੱਡਾ ਚੈਲੰਜ ਨਿਕਲਦੇ ਨੇ ਕਿਉਂਕਿ ਭਗਵੰਤ ਮਾਨ ਇਹ ਵੀ ਕਹਿੰਦੇ ਆਏ ਨੇ ਕਿ ਮੈਨੂੰ ਰਿਕਾਰਡ ਤੋਂ ਇੱਥੇ ਜਤਾਇਆ ਗਿਆ ਹੈ ਕਿ ਵਾਕਈ ਇੱਕ ਹੋਰ ਰਿਕਾਰਡ ਕਿਉ ਵਾਰ ਜਨਤਾ ਆਪਣਾ ਮਤ ਕਿਸਦੇ ਹੱਕ ਦੇ ਵਿੱਚ ਪੰਗਤੌਂਦੀ ਹੈ ਫਿਲਹਾਲ ਜਾਣਕਾਰੀ ਦੇ ਲਈ ਧੰਨਵਾਦ ਬਜ਼ਮ ਤੁਸੀਂ ਅੱਖਾਂ ਬਣਾਏ ਰੱਖੋ ਜਾਣਕਾਰੀ ਤੁਹਾਡੇ ਤੋਂ ਲੈਂਦੇ ਰਹਾਂਗੇ